ਨੱਚ ਕੇ ਗੋਲ ਗੱਪੇ ਖਾਣਾ ਹੈ। ਗੋਲ ਗੱਪੇ ਤੇ ਖਾ ਲੈਣੇ, ਵੀਡੀਓ ਤਾਂ ਬਣਾਈ ਨੀ ਆਪਾਂ, ਵੀਡੀਓ ਬਣਾਈ ਨੀ। ਚਲੋ ਹਾਂ, ਟਿੱਕੀ ਆ ਰਹੀ ਹੈ। ਟਿੱਕੀ ਆ ਰਹੀ ਹੈ, ਟਿੱਕੀ ਉਹ ਸਾਹਮਣੇ ਟਿੱਕੀ ਬਣ ਰਹੀ ਹੈ, ਟਿੱਕੀ ਬਣ ਰਹੀ ਹੈ, ਬੰਦੇ ਲਿਆ ਰਹੇ ਨੇ ਟਿੱਕੀ। ਤੇ ਮੂੰਹ ਤੇ ਹੱਥ ਕਿਉਂ ਰੱਖਿਆ? ਸ਼ਰਮ ਆ ਰਹੀ ਹੈ। ਅੱਛਾ ਜੀ, ਸਹੀ ਹੋ ਗਿਆ। ਹੋਰ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ, ਆਪਣੇ ਸਬਸਕ੍ਰਾਈਬਰਾਂ ਨੂੰ? ਤਬੀਅਤ ਖਰਾਬ ਸੀ ਤੇ ਤੁਸੀਂ ਗੋਲ ਗੱਪੇ ਖਾਣ ਆ ਗਏ। ਕਾਫੀ ਦਿਨ ਹੋ ਗਏ ਸੀ, ਸਰੀਰ ਚ ਨਾ ਇਹੋ ਜਿਹਾ ਸਾਲ ਨਹੀਂ ਸੀ ਗਿਆ। ਅੱਛਾ, ਬੀਪੀ ਲੋ ਹੋ ਗਿਆ ਸੋਚ ਕੇ। ਅੱਛਾ, ਮਤਲਬ ਲੈਂਦੇ ਮਹੀਨੇ ਲੇਡੀਜ਼ ਵਾਸਤੇ ਕੱਢਣੇ ਔਖੇ ਨੇ ਨਾ। ਸਹੀ ਗੱਲ ਹੈ। ਪਤਾ ਨੀ 5-6 ਮਹੀਨੇ ਹੋ ਗਏ ਨਾ ਮੈਂ ਆਈ ਨੀ, ਅੱਜ ਫਿਰ ਮੇਰਾ ਬੀਪੀ ਲੋ ਹੋ ਗਿਆ। ਗੋਲ ਗੱਪੇ ਯਾਦ ਕਰ ਰਹੇ ਸੀ। ਅੱਛਾ, ਫਿਰ ਗੋਲ ਗੱਪੇ ਨੇ ਆਵਾਜ਼ ਮਾਰੀ ਆਪਾਂ। ਅੱਛਾ ਠੀਕ ਹੈ, ਨਹੀਂ ਉਹ ਵੈਸੇ ਤਾਂ ਉਹ ਖਾ ਲੈਣਾ ਚਾਹੀਦਾ, ਉਹ ਕਦੇ ਕਦੇ ਖਾਣ ਦਾ ਕੁਛ ਨਹੀਂ ਹੁੰਦਾ। ਸਹੀ ਗੱਲ ਹੈ, ਸਹੀ ਬਾਤ। ਹਾਂ, ਸ਼ਕੋ ਸਮਾਨ ਜ਼ਿਆਦਾ ਕੰਮ ਖਰਾਬ ਹੋ ਜਾਂਦਾ। ਉਹ ਸਾਜੀ ਇੱਕ ਖਾਲੀ ਕਟੋਰੀ ਦੇਣਾ ਯਾਰ, ਮੈਡਮ ਕਹਿੰਦੀ ਜ਼ਿਆਦਾ ਹੈ। ਜ਼ਿਆਦਾ ਨਹੀਂ, ਜ਼ਿਆਦਾ ਲੱਗ ਰਿਹਾ ਤੁਹਾਨੂੰ? ਕਦੀ ਖਾਧਾ ਨੀ? ਮੈਂ ਹਾਫ ਪਲੇਟ ਖਾਂਦੀ ਹਾਂ। ਨਹੀਂ, ਤੇਰੀ ਥਾਂ ਤੇ ਕੋਈ ਹੋਰ ਹੁੰਦੀ ਲੇਡੀਜ਼, ਉਹ ਤੇ ਉਹਨੇ ਤਾਂ ਕਹਿਣਾ ਸੀ ਵੀ ਮੈਨੂੰ ਦੇ ਦੋ। ਮੈਂ ਟੇਸਟ ਕਰਦੀ ਹਾਂ, ਜ਼ਿਆਦਾ ਪੇਟ ਨਹੀਂ ਭਰਦੀ। ਅੱਛਾ, ਟੇਸਟ ਕਰਦੀ ਪੇਟ ਨਹੀਂ ਭਰਦੀ, ਸਹੀ ਹੋ ਗਿਆ। ਜਿਹੜਾ ਟੇਸਟ ਜਿਹਾ ਹੁੰਦਾ ਚੇਂਜ ਹੋ ਜਾਂਦਾ। ਅੱਛਾ, ਰੋਟੀ ਤਾਂ ਰੋਜ਼ ਖਾਂਦੇ ਹੀ ਆਪਾਂ। ਹਾਂ, ਇਹ ਥੋੜਾ ਜਿਹਾ ਕਦੇ ਕਦੇ ਉਹਦਾ ਟੇਸਟ ਚੇਂਜ ਹੋ ਜਾਂਦਾ। ਅੱਛਾ, ਚਲੋ ਪਾਓ ਫਿਰ ਆਉਣਾ। ਰੋਟੀ ਖਾ ਲਈ ਤੁਸੀਂ ਮੰਮੀ? ਹੈ ਤੇ ਅੱਜ ਸਵੇਰੇ ਮਤਲਬ ਤੁਸੀਂ ਦੁਪਹਿਰੇ ਗਏ ਸੀ ਦਵਾਈ ਲੈਣ? ਹਾਂਜੀ। ਤੇ ਮਤਲਬ ਜਾ ਕੇ ਸੋਰੀ ਗੋਲ ਗੱਪੇ ਤੇ ਟਿੱਕੀ ਤੇ ਖਾ ਕੇ ਆਏ ਹੋ, ਤੇ ਹੱਥ ਚ ਵੀ ਫੜੇ ਫਿਰਦੇ ਸੀ ਤੁਸੀਂ, ਕੁਝ ਲੈ ਕੇ ਵੀ ਆਏ ਹੋ ਰਾਤ ਦਾ ਸ਼ਾਮ ਦਾ ਪ੍ਰੋਗਰਾਮ? ਸ਼ਾਮ ਦਾ ਬੰਦੋਬਸਤ ਕਰਕੇ ਆਏ ਸੀ, ਅਸੀਂ ਲੈ ਕੇ ਆਏ ਸੀ ਆਈਸਕ੍ਰੀਮ। ਅੱਛਾ, ਠੰਡੀ ਠੰਡੀ ਆਈਸਕ੍ਰੀਮ। ਤੇ ਉਧਰੋਂ ਫਿਰ ਮਾਤਾ ਜੀ ਵੀ ਆ ਗਏ ਹੈ, ਮੰਮੀ ਵੀ ਆਏ ਹੋਏ ਸੀ, ਮੰਮੀ ਨੂੰ ਬਹੁਤ ਪਸੰਦ ਹੈ ਆਈਸਕ੍ਰੀਮ। ਅੱਛਾ, ਮੰਮੀ ਨੂੰ ਪਸੰਦ ਹੈ, ਮੰਮੀ ਪਸੰਦ ਹੈ ਤੁਹਾਨੂੰ? ਖੁਸ਼ ਹੋ ਕੇ ਖਾਂਦੇ? ਅੱਛਾ ਅੱਛਾ, ਨਹੀਂ ਸਹੀ ਗੱਲ ਹੈ, ਠੀਕ ਹੈ। ਇੱਕ ਵਾਰੀ ਪਤਾ ਕੀ ਗੱਲ ਹੈ, ਕਦੇ ਵੀ ਨਾ ਕੋਈ ਵੀ ਚੀਜ਼ ਹੈ
ਮਤਲਬ ਖਾਣੀ ਆਪਾਂ ਤੇ ਝਿਜਕੋ ਨਾ ਉਹਨੂੰ ਬੇ ਝਿਜਕ ਹੀ ਕਹਿ ਦੋ ਨਾ ਜੇ ਕੋਈ ਚੀਜ਼ ਖਾਣੀ ਹੈ ਜਿਵੇਂ ਤੂੰ ਕਹਿੰਦੀ ਮੈਨੂੰ ਗੋਲ ਗੱਪੇ ਆਵਾਜ਼ਾਂ ਮਾਰਨ ਡੇ ਸੀਗੇ ਖਾ ਲੇ ਫਿਰ ਠੀਕ ਹੈ ਨਾ ਅੱਛਾ ਰਸਗੁੱਲੇ ਰਸਗੁੱਲਾ ਅੱਛਾ 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 ਰਸਗੁੱਲਾ ਤੇ ਇੱਕ ਵਾਰੀ ਤੂੰ ਡੈਡੀ ਦੇ ਅੱਗੇ ਸਾਈਕਲ ਤੇ ਬੈਠੀ ਛੋਟੀ ਜੀ ਕੀ ਪ੍ਰੋਬਲਮ ਸੀ ਕੀ ਹਿਸਾਬ ਚਿਕਨ ਪੋਕਸ ਤਤੂਆ ਤਤੂਆ ਹੀ ਬੋਲਦੇ ਕਾਫੀ ਸੋਜ ਆ ਜਾਂਦੀ ਡਿੰਗਾ ਜਾ ਹੋ ਜਾਂਦਾ ਮੂੰਹ ਰਾਜਪੁਰੇ ਤੋਂ ਹੋਣਾ ਸੀ ਅੱਛਾ ਡੈਡੀ ਸਾਨੂੰ ਦੋਨਾਂ ਭੈਣਾਂ ਨੂੰ ਬਿਠਾ ਕੇ ਲੈ ਗਏ ਜਾਂਦੀ ਵਾਰ ਤਾਂ ਅਸੀਂ ਸਹੀ ਗਈਆਂ ਅੱਛਾ ਆਂਦੀ ਵਾਰ ਜਦੋਂ ਅਸੀਂ ਵਾਪਸ ਆ ਰਹੇ ਸੀ ਬਾਰਿਸ਼ ਲੱਗ ਗਈ ਬਹੁਤ ਜਿਆਦਾ ਜਦੋਂ ਆ ਰਹੇ ਸੀ ਨਾ ਮੈਨੂੰ ਸਾਈਕਲ ਦੇ ਅੱਗੇ ਬਿਠਾਇਆ ਸੀ ਮੈਂ ਛੋਟੀ ਸੀ ਤੇ ਮੇਰੇ ਉੱਪਰ ਉਹ ਜਿਹੜਾ ਡੱਬੀਆਂ ਜੀ ਵਾਲਾ ਪੰਨਾ ਜਿਹਾ ਨੀ ਹੁੰਦਾ ਉਹ ਇਸ ਤਰ੍ਹਾਂ ਬੰਨ ਕੇ ਨਾ ਜਿਵੇਂ ਕਿ ਉਹ ਆਪਣੇ ਪਿੰਡਾਂ ਚ ਕਹਿੰਦੇ ਬੋਕੀ ਜੀ ਬਣਾ ਕੇ ਮਤਲਬ ਇੰਨਾ ਕੁ ਬੱਚੇ ਦਾ ਮੂੰਹ ਢੱਕ ਦਿੰਦੇ ਨੇ ਇੱਥੋਂ ਤੱਕ ਬੰਨ ਦਿੰਦੇ ਨੇ ਮੈਨੂੰ ਅੱਗੇ ਬਿਠਾਤਾ ਮੇਰੀ ਭੈਣ ਸੀ ਜਿਹੜੀ ਉਹ ਵਿਚਾਰੀ ਪਿੱਛੇ ਬੈਠੀ ਸੀ ਜਦੋਂ ਅੱਗੇ ਮਤਲਬ ਕਿ ਗਾਰਾ ਜੇ ਆਇਆ ਨਾ ਚੰਗਾ ਮਤਲਬ ਗਾਰੇ ਦੇ ਅੱਗੇ ਇੱਕ ਪਾਣੀ ਦਾ ਟੋਇਆ ਭਰਿਆ ਹੋਇਆ ਸੀ ਬਾਰਿਸ਼ ਨਾਲ ਜਦੋਂ ਅਸੀਂ ਆਏ ਇਕਦਮ ਸਾਈਕਲ ਸਲਿਪ ਜਿਹਾ ਹੋ ਗਿਆ ਮੈਂ ਤਾਂ ਸਿੱਧੀ ਟੋਏ ਦੇ ਵਿਚ ਹੀ ਗਿਰੀ ਤੇ ਮੇਰੀ ਭੈਣ ਇੰਨੀ ਸ਼ੈਤਾਨ ਨਾ ਉਹਨੇ ਪਹਿਲਾਂ ਹੀ ਛਾਲ ਮਾਰਤੀ ਨੀਚੇ ਮੈਂ ਤਾਂ ਸਿੱਧੀ ਗਈ ਟੋਏ ਦੇ ਵਿਚ ਤੇ ਮੈਨੂੰ ਇੰਜ ਕੱਢਿਆ ਨੁੱਚੜਦੀ ਨੂੰ ਪਾਣੀ ਚੋ ਉਧਰੋਂ ਇੱਕ ਅੰਕਲ ਆ ਰਹੇ ਸੀ ਮੈਂ ਰੋਣ ਲੱਗ ਗਈ ਕਹਿੰਦਾ ਕੋਈ ਨੀ ਪੁੱਤ ਇਹੋ ਜਿਹੀਆਂ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੂੰ ਰੋ ਨਾ ਇਹ ਗੱਲ ਤੁਹਾਨੂੰ ਦੱਸ ਰਹੀ ਹਾਂ ਬਚਪਨ ਦੀ ਵੀ ਇਸ ਤਰ੍ਹਾਂ ਡੈਡੀ ਨੇ ਚੱਕਿਆ ਮੈਨੂੰ ਇੰਜ ਪਾਣੀ ਪਾਣੀ ਹੋਈ ਸਾਰਾ ਬਿਲਕੁਲ ਭਿੱਜੀ ਪਈ ਮੈਂ ਕਿੰਨੀ ਉਮਰ ਸੀ ਛੋਟੀ ਸੀ ਉਦੋਂ ਮੈਂ ਤਾਂ ਹੀ ਰੋਣ ਲੱਗ ਗਈ ਸੀ ਵੱਡੀ ਹੁੰਦੀ ਤੇ ਮੈਂ ਰੋਣਾ ਸੀ ਨਾਲੇ ਵੱਡੀ ਨੂੰ ਸਾਈਕਲ ਲੱਗੇ ਤਾਂ ਬਿਠਾਣਾ ਹੀ ਨੀ ਸੀ ਸਹੀ ਗੱਲ ਅਸ਼ਮੀਤ ਜਿੰਨੀ ਹੋਈ ਹੈ ਨਾ ਅਸ਼ਮੀਤ ਜਿੰਨੀ ਸੀ ਹਾਂ ਉਹ ਜਿਹੜੀ ਮੇਰੀ ਭੈਣ ਸੀ ਨਾ ਉਹ ਦੂਰ ਖੜ ਕੇ ਹੱਸ ਰਹੀ ਸੀ ਵੀ ਉਹ ਗਿਰ ਗਈ ਫਿਰ ਬਸ ਗਈ ਮੇਰੀ ਮੈਂ ਤੇ ਦੇਖ ਲੋ ਖੜੀ ਆ ਤੇ ਉਹ ਹੱਸ ਰਹੀ ਸੀ ਤੇ ਮੈਂ ਉਧਰ ਰੋਈ ਜਾ ਰਹੀ ਸੀ ਵੀ ਮੈਂ ਟੋਏ ਚ ਗਿਰ ਗਈ ਆ ਮਤਲਬ ਮੈਂ ਡਰ ਗਈ ਵੀ ਡੁੱਬਦਾ ਜਾਵਾਂ ਵਿਚ ਸਹੀ ਹੋ ਗਿਆ ਭਰਿਆ ਹੋਇਆ ਸੀ ਟੋਇਆ ਵੀ ਜਿਹੜਾ ਬਚਪਨ ਹੈ ਨਾ ਇਹ ਦੁਬਾਰਾ ਨੀ ਆਉਂਦਾ ਜਿਹੜਾ ਬਚਪਨ ਹੈ ਨਾ ਉਹ ਤਾਂ ਚੀਜ਼ ਹੀ ਲੈਦਾ ਨਾ ਕੋਈ ਟੈਨਸ਼ਨ ਨਾ ਲੈਣਾ ਨਾ ਦੇਣਾ ਵਿਆਹ ਤੋਂ ਬਾਅਦ ਤਾਂ ਸੋ ਟੈਨਸ਼ਨਾਂ ਪੈ ਜਾਂਦੀਆਂ ਨੇ ਤੇ ਤਾਂ ਕਰਕੇ ਮੈਂ ਬਚਪਨ ਦੀ ਗੱਲ ਦੱਸ ਰਹੀ ਸੀ ਵੀ ਮੈਂ ਇੰਨਾ ਡਰ ਗਈ ਸੀ ਮੈਨੂੰ ਤਾਂ ਇਹ ਸੀ ਵੀ ਮੈਂ ਡੁੱਬ ਕੇ ਮਰ ਜਾਂਗੀ ਟੋਏ ਚ ਮੈਨੂੰ ਏਦਾਂ ਲੱਗ ਰਿਹਾ ਸੀ ਤੇ ਪਰ ਬਚਾਅ ਹੋ ਗਿਆ ਮੇਰਾ ਠੀਕ ਹੋ ਗਈ ਫਿਰ ਮੈਂ ਵੱਡੀ ਹੋ ਗਈ ਫਿਰ ਵਿਆਹ ਹੋ ਗਿਆ ਮਤਲਬ ਸ਼ਾਦੀ ਬਰਬਾਦੀ ਹੋ ਗਈ ਮੇਰੀ ਹੁਣ ਵੱਡੇ ਟੋਏ ਚ ਡਿੱਗੀ ਹੁਣ ਤਾਂ ਉਦੋਂ ਵੀ ਵੱਡੇ ਟੋਏ ਚ ਡਿੱਗੀ ਆ ਅੱਛਾ ਤੇ ਮਤਲਬ ਕਿ ਵੱਡੇ ਡੂੰਘੇ ਟੋਏ ਚ ਡਿੱਗ ਗਏ ਤੁਸੀਂ ਹੁਣ ਤਾਂ ਬਹੁਤ ਖਤਰਨਾਕ ਟੋਏ ਚ ਡਿੱਗੀ ਆ ਸਾਰੀ ਉਮਰ ਨਹੀਂ ਨਿਕਲ ਸਕਦੀ ਹੋਏ ਹੋਏ ਟੋਇਆ ਤਾਂ ਬਸ ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਟੋਇਆ ਮੰਮੀ ਵੇਖ ਲੋ ਜਿਹੜੀ ਵਿਆਹ ਹੁੰਦਾ ਸਾਰੇ ਟੋਏ ਚ ਡਿੱਗ ਜਾਂਦੀ ਹੈ
ਟੋਏ ਚ ਤੇ ਨੀ ਡਿੱਗਦੀਆਂ, ਇੱਕ ਵਾਰੀ ਤਾਂ ਟੋਏ ਚ ਡਿੱਗ ਹੀ ਜਾਂਦੀਆਂ ਨੇ। ਉਹ ਤੇ ਮੈਂ ਚਲ ਹਾਸੇ ਵਾਲੀ ਗੱਲ ਕਹਿ ਰਿਹਾ, ਮਤਲਬ ਕਿ ਛੋਟੇ ਟੋਏ ਚ ਗਿਰੀ ਹੁਣ ਵੱਡੇ ਟੋਏ ਚ ਗਿਰ ਗਈ। ਤੁਹਾਨੂੰ ਪਤਾ ਕੀ ਇਹ ਟੋਏ ਇਹੋ ਜਿਹੇ ਸਾਰਿਆਂ ਨੂੰ ਡਿੱਗਣਾ ਵੀ ਪੈਂਦਾ ਹੈ। ਜਦੋਂ ਗੋਤੇ ਆਉਂਦੇ ਆ ਕਈ ਟੋਏ ਥੋੜੇ ਜੇ ਠੀਕ ਹੋ ਜਾਂਦੇ ਨੇ, ਕਈ ਇਹੋ ਜਿਹੇ ਨੇ ਉਹ ਤਾਂ ਬਹੁਤ ਪਛਤਾਣਾ ਪੈਂਦਾ। ਡਿੱਗੀ ਟੋਏ ਚ ਡਿੱਗੀ, ਉਸ ਤੋਂ ਛੋਟੀ ਜਿਹੀ ਸਮੀਤ ਜਿੱਡੀ ਹੋਏਗੀ, ਫਿਰ ਥੋੜੀ ਵੱਡੀ ਹੋਏਗੀ, ਫਿਰ ਸਕੂਲ ਵੀ ਤਾਂ ਗਈ ਹੋਏਗੀ, ਫਿਰ ਉੱਥੇ ਵੀ ਸ਼ਰਾਰਤਾਂ ਕੀਤੀਆਂ ਹੋਣਗੀਆਂ ਤੂੰ। ਸਾਈਕਲ ਤੇ ਵਾਪਸ ਆਣਾ, ਜਦੋਂ ਰਸਤੇ ਚ ਅਸੀਂ ਆਂਦੇ ਸੀ ਨਾ, ਇੱਕ ਪਿੰਡ ਆਂਦਾ ਸੀ ਰਸਤੇ ਚ, ਉਹ ਪਿੰਡ ਦਾ ਨਾਮ ਸੀ ਫਰੀਦਪੁਰ। ਫਰੀਦਪੁਰ ਹਾਂ, ਉਹਦੇ ਉਹਨਾਂ ਨੇ ਨਾ ਉੱਥੇ ਇੱਕ ਉਹ ਸੀ, ਮਤਲਬ ਜਿਵੇਂ ਮੋਟਰ ਵਗੈਰਾ ਨੀ ਲੱਗੀ ਹੁੰਦੀ ਜੀ, ਤੇ ਉੱਥੇ ਉਹਨਾਂ ਨੇ ਅਮਰੂਦ ਲਗਾਏ ਸੀ। ਦੋ ਪੇੜ ਸੀ ਵੱਡੇ ਵੱਡੇ, ਉਥੇ ਅਮਰੂਦ ਬਹੁਤ ਸੋਹਣੇ ਲੱਗਦੇ ਸੀ। ਅੱਛਾ, ਅਸੀਂ ਫਿਰ ਸਾਰੀਆਂ ਜਿੰਨੀਆਂ ਕੁੜੀਆਂ ਸੀ ਨਾ ਉਹ ਵਿੱਚ ਵੜ ਜਾਂਦੀਆਂ ਸੀ ਉਹਦੇ। ਉਹ ਮੈਂ ਸੁਣਿਆ ਬਈ ਤੂੰ ਸਾਰਿਆਂ ਤੋਂ ਲੰਬੀ ਸੀ, ਤੈਨੂੰ ਜਿਆਦਾ ਕਹਿੰਦੇ ਸੀ ਤੂੰ ਤਾਰ ਤੂੰ ਤਾਰ। ਅਸੀਂ ਫਿਰ ਨਾ ਕਿੰਨੇ ਕਿੰਨੇ ਅਮਰੂਦ ਤੋੜ ਲੈਂਦੇ ਸੀ ਉੱਥੋਂ। ਅੱਛਾ, ਇੱਕ ਉੱਥੇ ਵਿਚਾਰੇ ਬਜ਼ੁਰਗ ਜੇ ਵੀ ਬੈਠੇ ਹੁੰਦੇ ਸੀ। ਨਹੀਂ, ਇੱਕ ਵਾਰੀ ਤਾਂ ਦੱਸ ਰਹੀ ਸੀ ਨਾ, ਇੱਕ ਬੰਦਾ ਆ ਗਿਆ ਸੀ, ਫਿਰ ਅਸੀਂ ਦੌੜੀ ਵੀ ਸੀ ਉੱਥੋਂ। ਉੱਥੋਂ ਫਿਰ ਅਸੀਂ ਭੱਜੇ, ਜਿਨ੍ਹਾਂ ਦਾ ਅਮਰੂਦ ਸੀ ਉਹ ਫਿਰ ਆ ਗਏ। ਦੂਰੋਂ ਆਵਾਜ਼ਾਂ ਮਾਰਨ ਲੱਗ ਗਏ ਵੀ ਉਹ ਬੱਚਿਓ ਤੁਸੀਂ ਕੀ ਕਰ ਰਹੇ ਹੋ, ਬਜਾੜਾ ਪਾਇਆ ਹੋਇਆ, ਸਾਰੇ ਅਮਰੂਦ ਤੋੜ ਕੇ ਲੈ ਜਾਂਦੇ ਰੋਜ਼। ਫਿਰ ਜਦੋਂ ਅਸੀਂ ਉਹਨਾਂ ਨੂੰ ਦੇਖਿਆ, ਫਟਾਫਟ ਸਾਈਕਲ ਤੇ ਬੈਠੀਆਂ ਅਸੀਂ, ਫਟਾਫਟ ਭਜਾਏ ਫਿਰ ਪਿੰਡ ਨੂੰ ਸਾਈਕਲ। ਸਹੀ ਹੋ ਗਿਆ, ਏਦਾਂ ਹੀ ਕਰਦੇ ਸੀ ਅਸੀਂ, ਇਤਰਾ ਹੀ ਬੋਲੇ। ਜਿਹੜੇ ਅਮਰੂਦ ਸਾਨੂੰ ਇਸ ਤਰ੍ਹਾਂ ਤੋੜ ਕੇ ਖਾਣ ਚ ਮਜ਼ਾ ਆਉਂਦਾ ਸੀ, ਉਹ ਖਰੀਦ ਕੇ ਨੀ ਆਉਂਦਾ, ਸਾਨੂੰ ਖਰੀਦ ਕੇ ਨੀ ਸੀ ਵਧੀਆ ਲੱਗਦਾ। ਅੱਛਾ, ਖਰੀਦ ਕੇ ਲੈਣੇ ਸਾਨੂੰ ਮਿੱਠੇ ਹੀ ਨਹੀਂ ਸੀ ਲੱਗਦੇ। ਅੱਛਾ, ਜਿਹੜੇ ਅਸੀਂ ਇਸ ਤਰ੍ਹਾਂ ਤੋੜਦੇ ਸੀ ਨਾ ਸ਼ਰਾਰਤ ਨਾਲ, ਉਹ ਵਧੀਆ ਲੱਗਦਾ ਸੀ ਸਾਨੂੰ। ਸਹੀ ਗੱਲ ਹੈ, ਉਹ ਵਧੀਆ ਲੱਗਦਾ। ਤੇ ਮੰਮੀ ਮੰਮੀ ਰੋਕਦੀ ਨੀ ਸੀ ਤੁਹਾਨੂੰ? ਮੰਮੀ ਵਿਚਾਰੇ ਤੇ ਘਰ ਹੀ, ਇਹਨਾਂ ਨੂੰ ਕੀ ਪਤਾ ਸੀ, ਅਸੀਂ ਘਰ ਜਾਂਦੇ ਹੁੰਦੇ ਸੀ ਅਜੇ। ਅੱਛਾ, ਵੈਸੇ ਜਦੋਂ ਬੈਗ ਵਿੱਚ ਅਮਰੂਦ ਲੈ ਕੇ ਗਏ ਨਾ, ਇੱਕ ਦੋ ਵਾਰੀ ਮੰਮੀ ਨੇ ਪੁੱਛਿਆ ਵੀ ਅਮਰੂਦ ਕਿੱਥੋਂ ਲੈ ਕੇ ਆਏ ਹੋ ਤੁਸੀਂ, ਅਸੀਂ ਕਿਹਾ ਕੋਈ ਨੀ ਉਹ ਰਸਤੇ ਚ ਹੈ ਸੀ, ਅਸੀਂ ਉਥੋਂ ਨਾ ਤੋਂ ਲੈ ਲਏ ਸੀ ਅਮਰੂਦ। ਅੱਛਾ ਹਾਂ, ਮੰਮੀ ਕਹਿੰਦੇ ਅੱਛਾ ਇਹ ਤਾਂ ਬੜੇ ਮਿੱਠੇ ਨੇ, ਅਸੀਂ ਵੀ ਰੱਖਦੇ ਸੀ, ਮਿੱਠੇ ਹੀ ਹੋਣੇ ਨੇ, ਚੋਰੀ ਦੇ ਨੇ। ਅੱਛਾ, ਕਹਿੰਦਾ ਕਹਿੰਦੀ ਜਿਹੜੀ ਖਾਣ ਪੀਣ ਵਾਲੀ ਹੁੰਦੀ ਚੋਰੀ, ਕੋਈ ਕਹਿ ਰਿਹਾ ਸੀ ਕਹਿੰਦਾ ਖਾਣ ਪੀਣ ਵਾਲੀ ਚੋਰੀ ਹੁੰਦੀ ਨਾ, ਚੋਰੀ ਨੀ ਹੁੰਦੀ। ਮੈਂ ਕਿਹਾ ਤੂੰ ਕਿਸ ਤਰ੍ਹਾਂ ਕਹਿ ਸਕਦਾ? ਕਹਿੰਦਾ ਯਾਰ ਜਿਹੜਾ ਭਗਵਾਨ ਕ੍ਰਿਸ਼ਨ ਸੀ ਉਹ ਮੱਖਣ ਚੁਰਾ ਕੇ ਖਾਂਦਾ, ਚੋਰੀ ਥੋੜੀ ਹੁੰਦੀ। ਪਤਾ ਕੀ, ਖਾਣ ਪੀਣ ਚ ਨਾ ਜਦੋਂ ਆਪਾਂ ਚੀਜ਼ ਉਹ ਕਰਦੇ ਤੋੜਦੇ ਆ ਜਾਂ ਕੋਈ ਦੇਖੇ ਨਾ, ਉਹ ਚ ਬਹੁਤ ਵਧੀਆ ਲੱਗਦਾ ਆਪਾਂ ਨੂੰ, ਉਹ ਇੱਕ ਸ਼ਰਾਰਤ ਹੁੰਦੀ, ਸ਼ਰਾਰਤ ਮਨ ਚ ਬਚਪਨ ਚ ਹੁੰਦਾ ਉਦਾਂ, ਬਚਪਨ ਜਿਵੇਂ ਆਪਾਂ ਵੱਡੇ ਹੋ ਜਾਈਏ ਫਿਰ ਤੇ ਆਪਾਂ ਕਰਦੇ ਨੀ ਐਵੇਂ ਦਾ ਕੰਮ, ਸਮਝ ਆ ਗਿਆ। ਬਚਪਨ ਚ ਹੁੰਦਾ ਬੰਦਾ ਸੋਚਦਾ ਸ਼ਰਾਰਤੀ ਹੁੰਦਾ ਮਨ, ਤੋੜ ਲੱਗਦੀ ਹੈ ਚੀਜ਼ ਤੋੜਦੀ, ਕਿਸੇ ਦੇ ਖੇਤ ਚ ਮੂਲੀਆਂ ਵੱਟ ਰਹੀਆਂ ਜਾਂ ਛੱਲੀਆਂ ਤੋੜਦੀਆਂ, ਹੈ ਨਾ, ਛੱਲੀਆਂ ਤੋੜਦੀਆਂ ਬੱਚੇ। ਅੱਛਾ, ਤੁਸੀਂ ਤੇ ਹੁਣ ਗੋਲਗੱਪੇ ਖਾਏ ਹੋ ਤੇ ਟਿੱਕੀ ਵੀ ਖਾਏ ਹੋ, ਤੇ ਉਹ ਮੰਮੀ ਬੈਠੀ ਉਹਨਾਂ ਨੂੰ ਆਈਸਕ੍ਰੀਮ ਤਾਂ ਦੇ ਦੋ, ਮੰਮੀ ਵਾਸਤੇ ਹੁਣ ਲੈ ਕੇ ਆਏ ਆਈਸਕ੍ਰੀਮ, ਹੁਣ ਲੈ ਕੇ ਆਵਾਂਗੇ ਆਪਾਂ। ਅੱਛਾ, ਚਲਦੇ ਆ ਫਿਰ ਆਪਾਂ ਕਿਚਨ ਚ। ਓਕੇ,
ਜੀ ਠੀਕ ਹੈ ਜੀ, ਅਸੀਂ ਖਾ ਰਹੇ ਆਈਸਕ੍ਰੀਮ, ਤੁਸੀਂ ਖਾਣੀ ਤਾਂ ਆ ਜਾਓ। ਤੇ ਬਾਕੀ ਠੀਕ ਹੈ ਜੀ, ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੇ ਲਾਈਕ ਕਰੋ, ਸ਼ੇਅਰ ਕਰੋ, ਸਾਡੇ ਦੇਸੀ ਕਿਚਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਤਾਂ ਬਸ ਠੀਕ ਹੈ ਜੀ, ਆਪਾਂ ਮਿਲਾਂਗੇ ਕਿਸੇ ਅਗਲੀ ਵੀਡੀਓ ਚ। ਸਵਾਦ ਤੇ ਮੁਝ ਪਾਣੀ ਆ, ਦਿਲ ਕਰ ਫੜ ਫੜ ਚੰਬ ਜੀ ਫਟਾਫਟ ਕਰ ਰਹੇ, ਬਾਏ ਬਾਏ। ਅੱਛਾ ਓਕੇ।